भाई नवा जगाड़ बनाया एक बट्टा लाने वाला। सारिया हाथ जुड़ के प्यार भरी सत श्री अकाल। बाइक ट्रैक्टर के जगाड़ भी लाया बट्टा पाने वाला, तो नवा ही ट्रैक्टर है मूसे वाला टू, तो खेतों से स्परे भी करी है, पनीरी वाला भी साफ कर, तेल भी पवा के लिया है, होर भी कई काम करे है। तो हुण आपां कर दे जी वीडियो शुरू, तुसीं सारा कुछ वीडियो के बीच ही देखियो। डके दब लेना टोकरा भर लिया, टोकरा भर के बड़े टोकरा घटो घट भाई 40 किलो का है, मत चेक हों पानी भर गया काम करना पड़ा जोर वाला काम फिर भाई नवा जगाड़ बनाया एक बट्टा लाने वाला। ओके भाई सौखा काम है वीर, हां बंदा किन्ना काम करता भाई? बंदा पूरा करता, पूरा करता भाई। आ देख लो मूसे वाला टू है ये ट्रैक्टर, सोनालिका भाई बट दा पाके दिखा दो यार, एक मूंह कित्थे गया? अच्छा मिट्टी लाउंदा है। डेमो करके दिखा फिर माड़ा जामू साइड हो जा, लाड दे ला ट्रैक्टर दी भाई। देखो पुराना ट्रैक्टर है, बनाया पै 60 तेरे लाऊंगे इधर ही साइड नहीं देख लो भाई, आए ला दी है मिट्टी औखे तरीके के लाने चल पा रहे हो भाई। ये रोडी का भाई है बलौरा सिंह, उपर चढ़ना पैना भाई एक साइड बंदे नू।
ਕਰਕੇ ਲਾਗ ਨੂੰ ਜਾਂਦਾ ਹਲੇ ਗਿੱਲੇ ਕਰਕੇ ਥੋੜਾ ਲਾਗ ਨੂੰ ਜਾਂਦਾ ਹੈ ਨਾ ਗਿੱਲੇ ਕਰਕੇ ਟਰੈਕਟਰ ਘੁੰਮ ਨਹੀਂ ਜਾਂਦਾ ਟਰੈਕਟਰ ਘੁੰਮਦਾ ਹੈ ਬਹੁਤਾ ਕਰਦਾ ਹੈ ਬਲਾਰਾ ਇਹ ਬਾਈ ਉਰੇ ਲਾਗ ਲਾ ਕੇ ਕੈੜਾ ਦਾ ਥੋੜਾ ਜਿਹਾ ਹੁਣ ਇੱਥੇ ਵੱਟ ਲੱਗੂਗੀ ਉਰੇ ਇਹ ਜਿਹੜਾ ਬਾਇਆ ਪਿਆ ਪੰਮੋ ਓਏ ਬਾਈ ਆ ਥੋੜਾ ਜਿਹਾ ਲਾਗ ਲਾ ਗਿੱਲਾ ਤਾ ਤਾਂ ਕਰਕੇ ਥੋੜੀ ਲੋਟ ਨਹੀਂ ਪਈ ਜੇ ਸੁੱਕਾ ਹੋਵੇ ਖੇਤ ਕਿਉਂਕਿ ਮੀਂਹ ਪਈ ਜਾਂਦੇ ਕੰਮ ਖਰਾਬ ਹੋਈ ਜਾਂਦਾ ਇਹ ਬਾਈ ਕਿੰਨਾ ਹਾਊਸ ਪਾਵਰ ਹੈ ਸੱਠ ਸੱਠ ਟਰੈਕਟਰ ਸੱਠ ਹਾਊਸ ਪਾਵਰ ਮਾਡਲ ਨੜਿਨਵੇਂ ਠੀਕ ਹੈ ਯਾਰ ਸੁੱਕ ਤੇਲ ਖਰਚਾ 59,000 ਵਾਲਾ ਇੰਜਣ ਆ ਜੀ ਨਾ पूरा काम लेना सुखे पूरा के ਕਦੂ ਹੀ ਵਾੜਨਾ ਬਾਈ ਕਦੂ ਦੇ ਨਾਲ ਕਰਦੇ ਆ ਕਦੂ ਇਹਦੇ ਕਰੇ ਮਸ਼ੀਨ ਪਰ ਲਾਇਆ ਹੁਣ ਇਹ ਸੀਜ਼ਨ ਲਾਇਆ ਬਾਈ ਇਹਦੇ ਕ ਤੂੜੀ ਵਾਲਾ ਹਾਂ ਬਾਕੀ ਦੂਆ ਇਹ ਜਿਹੜਾ ਦੂਏ ਨਾਲ ਵੀ ਲਾਇਆ ਕੁਛ ਦੂਆ ਵੀ ਤੁਹਾਨੂੰ ਦਿਖਾਉਂਗੇ ਬਾਈ ਕਿਸੇ ਦਿਨ ਉਹ ਹੁਣ ਖੁੱਲਿਆ ਹੋਇਆ ਸਾਰਾ ਕੁਛ ਉਹ ਜਦੋਂ ਫਿੱਟ ਕਰੂੰਗੇ ਇਹਦੇ ਟਾਇਰ ਬਾਈ 16 ਦੇ ਨਹੀਂ ਆਉਂਦੇ 16 ਦੇ ਆਉਂਦੇ ਆ ਇਹਦੇ ਵਿੱਚ 14 ਦੇ ਤਾਂ ਪਾਏ ਆ ਵੀ ਫਿਰ ਤੋਰਾ ਜ਼ਿਆਦਾ ਇਹਦਾ ਤੋਰਾ ਜ਼ਿਆਦਾ ਸਪੀਡ ਆ ਤਾਂ ਕਰਕੇ 14 ਦੇ ਪਾਏ ਆ ਹੁਣ 16 ਦੇ ਟਾਇਰ ਬਾਈ ਸਪੀਡ ਆ ਬਾਈ ਇਹ ਇਹ ਆਡੀ ਬਾਈ ਬਣਾਤਾ ਹੈ ਆਡੀ ਬਲੌਰੇ ਦੀ ਆਡੀ ਬਾਈ ਇਹ ਬੰਦਾ ਹੈਗਾ ਬਲੌਰਾ ਸਿੰਘ ਇਹ ਕਾਬੂ ਕਿਵੇਂ ਆ ਗਿਆ ਇਹ ਬਾਈ ਇਹ ਕਦੇ ਕਦੇ ਨਾ ਚਾਈਨਾ ਦੇ ਬਾਰਡਰ ਤੋਂ ਲੰਘ ਜਾਂਦਾ ਫੜ ਕੇ ਲਿਆਉਣਾ ਪੈਂਦਾ ਹੈ ਬਾਈ ਜੀ ਤੁਸੀਂ ਚਾਈਨਾ ਦੇ ਬਾਰਡਰ ਤੇ ਕੀ ਕਰਨ ਜਾਂਦੇ ਆ ਘੁੰਮਣ ਵਾਸਤੇ ਆ ਇੱਧਰ ਗਰਮੀ ਬਹੁਤ ਹੁੰਦੀ ਹੈ ਜੱਗੇ ਦਾ ਮੁੰਡਾ ਦੇਖ ਲਓ ਬਾਈ ਨਿਊ ਲੱਕ ਚ ਜੱਗਾ ਕਹਿੰਦਾ ਘਰ ਖੜਾ ਹੀ ਤੇਲ ਖਾਈ ਜਾਂਦਾ ਚੱਲਦਾ ਇਹ ਕਿੱਥੇ ਚੱਲਦਾ ਇਹ ਚੱਲਦਾ ਇਹ ਹੈ ਤੇਲ ਖਾਣੇ ਵਾਲੀ ਚੀਜ਼ਾਂ ਖੜੀਆਂ ਕੋਈ ਤੇਲ ਨਹੀਂ ਰਜਾ ਕੇ ਰੱਖੀਦਾ ਰਜਾ ਕੇ ਹੈ ਰਜਾ ਕੇ ਰੱਖੀਦਾ ਤੈਨੂੰ ਕਿੱਥੇ ਰਜਾ ਕੇ ਕੀਰਾ ਬਾਈ ਜਿਹੜਾ ਇਹ ਬੰਦਾ ਨਾ ਇਹ ਤੇਲ ਖਾਣ ਲੱਗ ਗਿਆ ਪੀਏ ਦੇ ਢੋਲ ਭਰਾ ਲੈ ਜਾਂਦਾ ਇਹ ਪੀਂਦਾ ਹੈ ਖਾਂਦਾ ਹੈ ਨਾ ਟਰੈਕਟਰ ਪੀਏ ਕਰਦਾ ਹੈ ਖਾਣ ਲੱਗ ਗਿਆ ਤੇਰਾ ਬਾਪੂ ਤੇਲ ਖਾਣ ਲੱਗ ਗਿਆ ਜੱਗਾ ਟਰੈਕਟਰ ਪੀਂਦਾ ਦਾ ਤੀਏ ਦਿਨ ਢੋਲ ਮੁੱਕਿਆ ਗੱਗਾ ਕੌਣ ਆ ਕੌਣ ਜੱਗਾ ਨੋ ਪਾਪਾ ਪੈਟਰੋਲ ਵੀ ਪੀਪੀਏ ਚ ਪਾਉਣ ਲੱਗ ਗਏ ਦੱਸ ਜੱਗੇ ਕੱਟ ਗਿਆ 10 ਲੀਟਰ ਵਾਲੀ ਛੱਲੀ ਲਈ ਵੀ ਆ ਹਾਂ ਓਏ ਕੱਟ ਗਿਆ ਪਾਪਾ ਕਿਹੜੇ ਨਹੀਂ ਕੋ ਟਰੈਕਟਰ ਤੇ ਖੋਲ ਮੈਂ ਜੀ ਘਰ ਤੇ ਤੇਲ ਖਾਣ ਲੱਗ ਗਿਆ ਕੀ ਚੀਜ਼ ਤੂੰ ਮੈਂ ਇਹ ਦਿਨ ਢੋਲ ਢੋਲ ਕਰਦਾ ਹੀ ਕੁਛ ਨਹੀਂ ਹਾਂ ਆ ਦੇ ਲਾ ਉਧਰ ਟੈਂਕੀਆਂ ਖਾ ਗਿਆ ਉਧਰ ਦੇਖ ਲੈ ਨਾਪੇ ਤੇ ਫਾਇਦਾ ਜੱਗਾ ਬਾਈ ਕੋਈ ਸ਼ੱਕ ਜ਼ਰੂਰ ਕਰਦਾ ਏ ਤੇਲ ਮਿਣਦਾ ਵੀ ਕਿਆ ਰੇਟ ਹੈ ਵੀ ਪੂਰਾ ਵੀ ਪੈ ਰਿਹਾ ਏ ਨਾਪੇ ਜੇ ਮਾ ਨਾਪਾ ਜੱਗੇ 5 ਲੀਟਰ ਦਾ ਪੂਰੇ ਇਹਗੇ ਪਾ ਦੇ ਯਾਰ ਇੱਕ ਬੋਲਟ ਮਾ ਪੁੰਨੇ ਲੱਗਣਾ ਤੇਰੇ ਹੋ ਪਾ ਦੇ ਯਾਰ ਪੁੰਨੇ ਲੱਗਣਾ ਏ ਹੋ 4-5 ਕਿਤੇ ਲੱਜ ਜਾਣੇ ਮੇਰੇ ਰੋਪੜ ਦੇ ਪ੍ਰੀਅਰ ਕੱਟ ਗਿਆ ਹੈ ਪੋਇਆ ਬਾਈ ਜੀ ਤੇਲ ਥੋੜਾ ਜਿਹਾ ਜ਼ਿਆਦਾ ਹੀ ਤਾਂ 10 ਗ੍ਰਾਮ ਜ਼ਿਆਦਾ ਹੀ ਤੇਲ ਪਾਇਆ ਪਤਾ ਜੱਗੇ ਨੇ ਸ਼ੱਕ ਦੂਰ ਕਰ ਲਿਆ ਆਪਣਾ ਤੇ ਹੁਣ ਜੱਗੇ ਨੂੰ ਇੱਕ ਸਜ਼ਾ ਲੱਗੀ ਹੈ ਮੇਰੇ ਬੋਲਟ ਮਾ ਬਾਦ ਇੱਕ ਕੈਨ 5 ਲੀਟਰ ਵਾਲੀ ਪਾ ਦੇ ਹੁਣ ਜਿਹੜੀ ਬਾਈ ਇਹ ਨਵੀਂ ਮਸ਼ੀਨ ਆਈ ਇਹਦਾ ਤੇਲ ਜਿੰਨਾ ਕੁ ਜੱਗੇ ਨੇ ਡੋਲਿਆ ਵੱਧੇ ਪਿਆ ਏ ਬਾਈ ਪੂਰਾ ਪੰਜ ਦੁਨੀਆ ਦੇ ਸਭ ਤੋਂ ਬੜੇ ਸ਼ੱਕੀ ਬੰਦੇ
20,700 ਲੱਖ ਦਾ ਡੀਜ਼ਲ ਫੂਕ ਦੇਣਾ ਤਾਂ ਨਾ ਤਾਂ ਨਾ ਚ ਤੇ ਕਹਿੰਦੇ ਤੇਲ ਸਸਤਾ ਕਰ ਦੋ ਮੋਦੀ ਸਾਹਿਬ ਮੋਦੀ ਸਾਹਿਬ ਕਿਆ ਕਰੇ ਜੇ ਜੱਗਾ ਹੀ ਲੱਖ ਦਾ ਫੂਕਣ ਲੱਗ ਗਿਆ ਟਰੈਕਟਰ ਨੂੰ ਐਸ਼ ਕਰਾਈ ਜੇ ਤੇਰੇ ਹੁਣ ਥੋੜੀ ਲੀਟਰ ਪਾ ਕੇ ਸਾਲਾ ਘੁਮਾਈ ਜਾਂਦਾ ਖੁੱਲਾ ਖਾਂਦਾ ਖੁੱਲਾ ਟੈਂਕੀ ਦੇ ਲੈ ਖੋਲ ਕੇ ਉੱਪਰ ਨੂੰ ਗਿਰੂਗਾ ਬਾਹਰ ਖੁੱਲਾ ਖਾਂਦਾ ਚਾਰ ਦਿਨ ਬਾਅਦ ਜਨਰੇਟਰ ਪਾ ਚੱਲੀ ਗਿਆ ਢੋਲ ਨੇ ਕਿਆ ਕਰਨਾ ਹੈ ਕਿੰਨੇ ਰਹਿ ਗਏ ਅੱਗੇ ਟੈਂਕੀ ਫੁੱਲ ਆ ਫਿਰ ਲੀਟਰ ਕਿੱਚ ਪਾਉਂਗਾ ਕਿੰਨੇ ਤੇ ਹੋ ਰਹਿ ਗਏ ਲੀਟਰ ਤੇਲ ਕਿੱਲੇ ਕਿੱਲੇ ਰਹਿਨੇ ਹਲੇ 8-10 ਬਾਜੀ ਬਾ ਇਹ ਨਹੀਂ ਹਟਦਾ ਇੱਕ ਢੋਲ ਹੋਰ ਫੂਕ ਕੇ ਹਟੂਗਾ ਬਾਈ ਜੀ ਸਪਰੇਅ ਕਰਨ ਲੱਗੇ ਪਏ ਆ ਜਿਹੜਾ ਠੇਕੇ ਵਕੀਲਾ ਲਿਆ ਏ ਤੁਹਾਨੂੰ ਉਹ ਕਿੱਲਾ ਵੀ ਦਿਖਾ ਦੇਣਾ ਕਾਦੀ ਬਾਈ ਇਹ ਹੈਗੇ ਕੱਖ ਦੇ ਬਾਈ ਬਾਈ ਨੇ ਮੈਂ ਜੀ ਸਤਿ ਸ੍ਰੀ ਅਕਾਲ ਜੀ ਕਾੜ ਜੀ ਸਤਿ ਸ੍ਰੀ ਅਕਾਲ ਬੁਲਾਉਨੇ ਖੜਤਾ ਜਾ ਭਰਾਵਾ ਫਿਰ ਜਾ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਆ ਦੇਖੋ ਭਾਈ ਸਪਰੇਅ ਕਰਨ ਲੱਗੇ ਆ ਜੱਟਾਂ ਦੇ ਕੰਮ ਇਕਣਾ ਦੇ ਹੁੰਦੇ ਆ ਭਰਾਵਾ ਨਹੀਂ ਫਿਰ ਕੱਖ ਹੈ ਨਹੀਂ ਕੱਖ ਹੋਣਾ ਕਿ ਕੱਖ ਇਹ ਤਾਂ ਕੱਖੇ ਹੋਣਾ ਕੱਖੇ ਚੁਗਦੇ ਰਹਿਣਾ ਅਸੀਂ ਨਿਮਾ ਕਹਿੰਦਾ ਕੱਪੜੇ ਤਾਂ ਪਾਟੇ ਪੇ ਪਾ ਕੇ ਹਵਾ ਹੁਵਾ ਲੱਗਦੀ ਰਹਿੰਦੀ ਹੈ ਮੋਟਰ ਕਿਹੜੀ ਲੱਗਦੀ ਕਿਆ ਰੇਟ ਚੜਿਆ 40 ਪਤਾ ਨੀ ਹੁਣ ਰੇਟ ਕਿਆ ਆ ਹਲੇ ਪਤਾ ਨੀ ਯਾਰ ਲੋ ਬਾਈ ਪਹਿਲਾਂ ਪੰਪ ਚ ਥੋੜਾ ਜਿਹਾ ਪਾਣੀ ਪਾਉਣਾ ਹੁੰਦਾ ਏ ਨਹੀਂ ਫਿਰ ਦਵਾਈ ਥੱਲੇ ਰਹਿ ਜਾਂਦੀ ਹੈ ਕਿ ਨਹੀਂ ਬਾਈ ਨਿਮੇ ਆਹ ਕਿਆ ਕਿਆ ਆਈਟਮ ਪਾਉਣੀ ਵਿੱਚ ਯੂਰੀਆ ਯੂਰੀਆ ਪਾਉਣਾ ਬਾਈ ਯੂਰੀਆ ਅਸਰ ਜ਼ਿਆਦਾ ਕਰਦਾ ਕਿੰਨੇ ਟਾਈਮ ਚ ਅਸਰ ਕਰਦੀ ਬਾਈ ਚਿੱਟਾ ਕਰ ਦੇਣਾ ਤੇ ਫਿਰ ਉਹ ਚਿੱਟਾ ਤਾਂ ਕਰ ਦੇਣਾ ਤੇ ਦੁਬਾਰਾ ਤਾਂ ਨਹੀਂ ਚੱਲਦਾ ਹੈਗਾ ਨਹੀਂ ਜੇ ਆ ਗਿਆ ਤਾਂ ਗਿਆ ਜਦ ਤੱਕ ਤਾਂ ਕੰਮ ਕਰੂਗੀ ਉਹ ਚੱਲ ਇਹਨਾਂ ਨੂੰ ਕੰਮ ਤਾਂ ਦਾਤੀ ਨਾਲ ਵੱਢ ਵੀ ਹੋ ਜਾਂਦੇ ਆ ਚੱਲ ਐਂ ਤਾਂ ਅੱਗ ਵੀ ਲੱਗ ਜਾਂਦੀ ਸੁੱਕੇ ਨੂੰ ਨਾ ਨਹੀਂ ਅੱਗ ਨਹੀਂ ਲਾਉਣੀ ਆਪਾਂ ਨਾ ਦਾਤੀ ਨਾਲ ਵੱਢ ਹੋ ਜਾਂਦੀ ਆ ਜਿਹੜੀ ਦਵਾਈ ਦਵਾਈ ਦੇ ਤੱਕਰ ਹੋ ਜਾਂਦੀ ਦਵਾਈ ਲਵਾਈ ਲੰਘ ਜਾਣੀ ਫੋਨ ਆ ਗਿਆ ਬਾਈ ਤੇਰਾ ਦੇਖ ਤਾਂ ਗਈ ਮਹਿਕਦਾ ਇਹ ਚੱਕ ਲੈ ਹਾਂਜੀ ਹਲ ਉਹ ਅਸ ਤੱਕ ਖੇਤਾਂ 'ਚ ਆਏ ਪਏ ਆ ਘਰ ਜਾਏ ਆਪਣਾ ਘਰ ਹੁਣ ਬਾਈ ਤੇਰੇ ਭਤੀਜੇ ਨੂੰ ਪੁੱਛਦਾ ਤਾਂ ਮੈਂ ਕਿਹਾ ਇਹਦਾ ਖੇਤਾਂ ਜਾਏ ਪਏ ਲੈ ਲੈ ਮੈਂ ਭਰ ਲੈ ਫਿਰ ਮੈਂ ਤੁਹਾਨੂੰ ਚੁਕਾਉਂਦਾ ਲੈ ਬਾਈ ਇੱਕ ਵਾਰ ਪਹਿਲਾਂ ਪਾ ਤੀ ਦੂਜੀ ਵਾਰ ਬੋਤਲ ਧੋ ਕੇ ਪਾ ਤੀ ਛੱਡਣੀ ਨਹੀਂ ਵਿੱਚ ਛੱਡਣੀ ਨਹੀਂ ਹੈਗੀ ਬੋਤਲ 'ਚ ਮਾੜੀ ਜਿਹੀ ਦਵਾਈ ਵੀ ਖਰਾਬ ਕਰਦੀ ਆ ਤੇਰੇ ਵਰਗਾ ਉਹਨੇ ਮੂੰਹ ਲਾ ਲਈ ਮੇਰੇ ਕੰਮ ਖਰਾਬ ਹੋ ਜੂ ਕਰ ਦੂੰ ਪੁੱਠਾ ਨਿਵੇਂ ਲੈ ਪੁੱਠਾ ਉੱਤੇ ਤੱਕ ਨਹੀਂ ਜਾਣ ਦੇਣਾ ਕੰਡਮ ਕਰ ਦੂੰ ਸਰੀਰ ਪੁੱਠਾ ਕਹਿੰਦਾ ਤੂੰ ਨਿਵੇਂ ਬਾਈ ਥੱਕੇ ਤਾਂ ਨਹੀਂ ਕੱਲ੍ਹ ਫਿਰ ਥੱਕਦਾ ਬੰਦਾ ਜਾਂਦਾ ਯਾਰ ਕੋਈ ਵੀ ਆ ਹਲੇ ਕੰਮ ਕਰਦਾ ਨੀ ਥੱਕਦਾ ਬੈਠਾ ਬੈਠੇ ਥੱਕ ਜਾਂਦੇ ਸਿਰ ਦੁਖਣ ਲੱਗ ਜਾਂਦਾ ਬੋਰ ਹੋ ਜਾਂਦਾ ਬੋਰ ਹੋ ਜਾਂਦਾ ਹੁਣ ਇੱਥੇ ਆ ਪਹਿਲਾਂ ਮੈਂ ਉਰੇ ਤੇ 8 ਭਰੀਆਂ ਕੱਖਾਂ ਦੀ ਲੈ 10 ਭਰੀਆਂ ਕੱਖਾਂ ਦੀ ਲੈ ਗਿਆ ਸਾਜਰੇ ਹਾਂ ਬੱਲੇ ਤੇ ਬਾਕੀ ਦੇ ਬਾਅਦ ਇੱਥੇ ਆ ਕੇ ਸਪਰੇਅ ਕਰਨੀ ਜੀ ਕਾਲੀ ਪਹਿਲਾਂ ਕਹੀ ਚਲਾਉਣੀ ਸੀ ਅੱਛਾ ਮੈਂ ਚੱਲ ਪਹਿਲਾਂ ਵੜਦੀ ਹੈ ਫਿਰ ਦੇਖਦੇ ਆ ਕਹੀ ਵਾਲਾ ਸਿਸਟਮ ਫਿਰ ਦੇਖੂੰਗੇ ਠੀਕ ਹੈ ਠੀਕ ਹੈ